ਤੁਹਾਨੂੰ ਮਾਲਿਕ ਸਲਾਮਤ ਰੱਖੇ। ਕੋਈ ਤਮਹੀਦ ਨਹੀਂ, ਡਾਇਰੈਕਟ ਸ਼ੇਰ ਪੜਨ ਲੱਗਾ। ਲੱਖ ਚੁਣ ਚੁਣ ਕੇ ਵੀ ਔਰ ਛੱਡ ਕੇ ਲਾਓਗੇ ਜਿਸੇ, ਲੱਖ ਚੁਣ ਚੁਣ ਕੇ ਵੀ ਔਰ ਛੱਡ ਕੇ ਲਾਓਗੇ ਜਿਸੇ, ਮੇਰੇ ਹਸਨੇ ਸਲਾਮਤ। ਜੀ 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 ਮੇਰੀ ਗੁਜ਼ਾਰਿਸ਼ ਸੁਣੋ, ਅੱਜ ਦੀ ਨੌਕਰੀ ਇਤਨੀ ਮਨਜ਼ੂਰ ਕਰੋ। ਅੱਛਾ ਜੀ, ਯਾ ਅਲੀ ਅੱਗੋਂ ਜਾਣੇ, ਯਾ ਅਲੀ, 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 ਯਾ ਅਲੀ ਅੱਗੋਂ ਜਾਣੇ, ਯਾ ਅਲੀ ਅੱਗੋਂ ਜਾਣੇ, ਯਾ ਅਲੀ, ਯਾ ਅਲੀ ਅੱਗੋਂ ਜਾਣੇ, ਯਾ ਅਲੀ, ਸ਼ਾਬਾਸ਼, ਯਾ ਅਲੀ ਅੱਗੋਂ ਜਾਣੇ, ਯਾ ਅਲੀ, ਯਾ ਅਲੀ ਅੱਗੋਂ ਜਾਣੇ, ਯਾ ਅਲੀ, ਪਿਆਰ ਦਿਲ ਵਿੱਚ ਸਖੀ ਦਾ ਤੁਹਾਨੂੰ ਮਾਲਿਕ ਸਲਾਮਤ ਰੱਖੇ। ਖਾਲਿਕ ਦੀ ਆਵਾਜ਼ ਜਬਰੀਲ, ਜਾ ਕੇ ਮੇਰੇ ਹਬੀਬ ਨੂੰ ਮੇਰਾ ਇੱਕ ਪੈਗਾਮ ਦੇ। ਮਾਲਿਕ ਹੁਕਮ, ਮੇਰੇ ਹਬੀਬ ਸੇ ਕਹਿ ਦੋ ਅਭੀ ਚਲਾ ਆਏ, ਮੇਰੇ ਹਬੀਬ ਸੇ ਕਹਿ ਦੋ ਅਭੀ ਚਲਾ ਆਏ, ਜ਼ਰਾ ਘਰੇਲੂ ਮਸਾਇਲ ਪੇ ਬਾਤ ਕਰਨੀ ਹੈ। ਜਬਰੀਲ ਆ ਕੇ ਵੱਲੇ ਪਰਦਿਆ ਹਦੀਅਤ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਤਾਂ ਖਾਲਿਕ ਮਾਲਿਕ ਮਹਿਮਾਨ ਤਾਂ ਸੜ ਕਿਦਾ ਹੀ, ਆਪ ਕਿਸੇ ਹੀ ਜਗ੍ਹਾ ਤੇ ਮਹਦੂਦ ਨਹੀਂ ਹੁੰਦਾ। ਅਗਰ ਮੇਜ਼ਬਾਨ ਮਹਿਮਾਨ ਨਾਲ ਗੱਲਬਾਤ ਨਾ ਕਰੇ, ਮਹਿਮਾਨ ਨਵਾਜ਼ੀ ਦੇ ਫਰਾਇਜ਼ ਪੂਰੇ ਨਹੀਂ ਹੁੰਦੇ। ਪਰਦੇ ਹਦੀਅਤ ਸ਼ਰਕਤ ਪੈਦਾ ਹੋਈ ਏ, ਮਸਤਰੇ ਹਕੀਕੀ ਦਾ ਆਵਾਜ਼ ਹੈ, ਜਬਰੀਲ ਮੈਂ ਖਾਲਿਕ ਹਾਂ, ਮੈਂ ਸਾਰੇ ਇੰਤਜ਼ਾਮ ਕੀਤੇ ਹੋਏ, ਦਿਲ ਕਸ਼ ਹੋ ਸੀ ਮੇਰਾ ਜੀ ਦੀ ਕਹਾਣੀ ਕਰਕੇ ਜ਼ਰੂਰੀ ਗੱਲਾਂ ਲਗਾਣੀ, ਦਿਲ ਕਸ਼ ਹੋ ਸੀ ਮੇਰਾ ਜੀ ਦੀ ਕਹਾਣੀ ਕਰਕੇ ਜ਼ਰੂਰੀ ਗੱਲਾਂ ਲਗਾਣੀ, ਕਿਸੇ ਗੱਲ ਦੀ ਵੀ ਮੈਨੂੰ ਨਹੀਂ ਪਰੇਸ਼ਾਨੀ, ਹੋ ਸੀ ਮਹਿਮਾਨ ਦੀ ਵੀ ਪੂਰੀ ਮੇਜ਼ਬਾਨੀ, ਕੰਮ ਆਪਣਾ ਅਜ਼ਾਨਾਂ ਸੁਣੀਆਂ ਜੀ, ਨਮਾਜ਼ਾਂ ਪੜ੍ਹ ਕੇ ਆਏ ਹੋ ਜੀ, ਬਸ ਮੈਂ ਪੜ੍ਹ ਲਿਆ। ਪੜ ਨਮਾਜ਼ ਸੁਬੋ ਦੀ ਸੈਯਦ, ਮੈਂ ਸਦਕੇ ਜਾ, ਮੈਂ ਸਦਕੇ ਜਾ, ਕੋਸ਼ਿਸ਼ ਕਰਨਾ ਇੱਕ ਅੱਧਾ ਜਾ ਜਾਏ, ਬੜਾ ਮਨਜ਼ੂਰੀ ਦਾ ਟਾਈਮ।
ਮੈਂ ਪਿਆਦਾ ਪੜ੍ਹ ਨਿਮਾਜ਼ ਸੁਬੋ ਦੀ ਸੈਯਦ ਦੋ ਵੱਖਰੇ ਸੱਜਣ ਬੁਲਾਏ ਹੱਥ ਨਪ ਅੱਬਾਸ ਤੇ ਅਕਬਰ ਦਾ ਬੈਠਾ ਖਾਕ ਤੇ ਚੰਨ ਜ਼ਹਾਰ ਅੱਬਾਸ ਭਰਾਏ ਨਾ ਤੂੰ ਹੋਸੇ ਨਾ ਮੈਂ ਹੋ ਸਾ ਕਿਨ ਵੈਸੀ ਆਉਣ ਦੀ ਉਹ ਮੈਂ ਸੱਜੇ ਜਾਵਾਂ ਉਹ ਮੈਂ ਸੱਜੇ ਜਾਵਾਂ ਤੁਹਾਡੇ ਆਖਣ ਤੇ ਮੈਂ ਵੱਲ ਪੜਦਾ ਉਹ ਤੂੰ ਸੁਣ ਮੋਮਿਨ ਮੌਲਾਈ ਰੱਬ ਪਾਕ ਤੇ ਕੂ ਉਹ ਜਾ ਦਿਖਲਾਵੇ ਜਿੱਥਾ ਜ਼ੈਨਬ ਟੁਰਦੀ ਉਹ ਮੈਂ ਸੱਚੇ ਜਾਵਾਂ ਉਹ ਮੈਂ ਸੱਚੇ ਜਾਵਾਂ ਹੋ ਗਈ ਮੇਰੀ ਨੌਕਰੀ ਮੈਂ ਤੁਹਾਡੀਆਂ ਦੁਆਵਾਂ ਨਾਲ ਸ਼ਾਮ ਤੱਕ ਦਾ ਜ਼ਵਾਰ ਜਾਂ ਫਿਰ ਤਿਆਰ ਭਾਈ ਮੈਨੂੰ ਮਿਲਣ ਇਹ ਮੇਰੇ ਸਹੀਦਾਰੇ ਮੇਰੇ ਕੋਲ ਬੈਠੇ ਇਹ ਮਲਕ ਸਾਹਿਬਾਨ ਜਿਹੜੇ ਮੇਰੇ ਨਾਲ ਹਨ ਸਾਡੇ ਕਾਫਲਾ ਸਲਾਰ ਮੇਰਾ ਹੱਥ ਲੱਭ ਕੇ ਮੈਨੂੰ ਲੈ ਕੇ ਮੈਂ ਕਿਹਾ ਜੀ ਬਾਈ ਜਾਨ ਕਿਤੇ ਕਿਤੇ ਆਓ ਮੇਰੇ ਨਾਲ ਸਾਰਾ ਕਾਫਲਾ ਸਾਡੇ ਨਾਲ ਮੈਨੂੰ ਆ ਕੇ ਖੜਾ ਕਰਕੇ ਕਹਿੰਦੇ ਨਵੀਦ ਇਹ ਹੀ ਹੁਸੈਨ ਦੇ ਸੀਨੇ ਦੇ ਕਬਰ ਤਾਵੀਜ਼ ਦੀ ਕਬਰ ਮੈਨੂੰ ਅਜੇ ਨਵੀਦ ਜੀ ਮਨਜ਼ੂਰ ਜਾਫਰੀ ਪਾਲਕ ਉਹਨਾਂ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ ਮੇਰਾ ਹੱਥ ਰੱਬ ਕੇ ਮੈਨੂੰ ਆਦਨ ਇਹ ਹੀ ਹੁਸੈਨ ਦੇ ਸੀਨੇ ਦੇ ਤਾਵੀਜ਼ ਦੀ ਕਬਰ ਬੰਦ ਪਾੜੇ ਇੱਥੇ ਮੈਨੂੰ ਇਸ ਪਾਕ ਦਰਬਾਰ ਦੀ ਕਸਮ ਹੈ ਦੋ ਅਲਮਾਏ ਦਰਮਿਆਨ ਖਲੋਤਾ ਮੈਂ ਸੈਯਦਾਦੀ ਦੀ ਜਾਲੀ ਨੂੰ ਹੱਥ ਪਾ ਕੇ ਰੋ ਕੇ ਆਖਿਆ ਤਾਵੀਜ਼ ਹੁਸੈਨ ਦੇ ਸੀਨੇ ਦਾ ਉਹ ਸਾਡੇ ਘਰ ਮਨਜ਼ੂਰ ਸਲਾਮੇ ਅਸਾਂ ਪਾਕਿਸਤਾਨ ਚੋਂ ਆਇਆ ਤੇਰੇ ਸ਼ਹਿਰ ਚ ਕਰਨੇ ਸਾਡੇ ਘਰ ਮਨਜ਼ੂਰ ਸਲਾਮੇ ਅਸਾਂ ਪਾਕਿਸਤਾਨ ਚੋਂ ਆਇਆ ਤੇਰੇ ਸ਼ਹਿਰ ਚ ਕਰਨੇ ਮੈਂ ਕੁੜਾ ਸੱਚਾ ਬਿਲ ਤੇ ਇਮਾਮੇ ਰਤ ਵਹਦੀ ਹੈ ਅਜਾ ਕੱਲਾ ਚੂ ਯਾ ਆ ਗਈ ਸੈਨੇ ਅਰੇ ਓ ਮੈਂ ਸੱਚੇ ਹੱਥ ਜੋ ਜੀ 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 ਤੁਹਾਡੇ ਆਖਣ ਤੇ ਮੈਂ ਵੱਲ ਪੜਦਾ ਉਹ ਕੋਈ ਰੋਵੇ ਯਾ ਨਾ ਰੋਵੇ ਇਓ ਮੰਗੋ ਵੀ ਦੁਆ ਸ਼ਾਲਾ ਕਤਲ ਦੇ ਵੇਲੇ ਧੀ ਪਿਓ ਦੇ ਕੋਲ ਨਾ ਮੈਨੂੰ ਇਸ ਪਾਕ ਦਰਬਾਰ ਦੀ ਕਸਮ ਹੈ ਮੈਨੂੰ ਇੰਝ ਮਹਿਸੂਸ ਹੋਏ ਸੈਯਦਜ਼ਾਦੇ ਹੁਸੈਨ ਸਦਕਾ ਦਿਲ ਦੁਖੇ ਤੋਂ ਬੀਬੀ ਦਾ ਜ਼ਾਕਰ ਸਮਝ ਕੇ ਮਾਫ ਕਰ ਦੇਣਾ ਮੈਨੂੰ ਇੰਝ ਮਹਿਸੂਸ ਹੋਏ ਜਿਵੇਂ ਸੈਨ ਨੇ ਮੈਨੂੰ ਜਵਾਬ ਦਿੱਤੇ ਜੀ ਜੀ ਜੀ
ਉਹ ਕਿਆ ਹਾਲ ਕਨ ਦਿਆ ਜ਼ਖਮਾਂ ਦਾ ਬਈ ਮਕੂਲ ਬਈ ਅਸਾਂ ਤੋਂ ਆਜਾ ਹਸ ਜੀ 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 ਤਾਵੀਜ਼ ਹੁਸੈਨ ਦੇ ਸੀਨੇ ਦਾ ਉਹ ਸਾਡੇ ਘਰ ਮਨਜ਼ੂਰ ਸਲਾਮ ਏ ਅਸਾਂ ਪਾਕਿਸਤਾਨ ਚੋਂ ਆਏ ਆ ਤੇਰੇ ਸ਼ਹਿਰ ਚ ਕਰਨ ਰਾਤ ਵਹਦੀ ਹੈ ਅਜਾ ਕੱਲਾ ਚੂ ਬੜੀ ਮਕਬੂਲ ਮਹਿਲਾ ਸੀ ਜਵਾਨਾਂ ਦੇ ਮਖਦੂਮਾ ਆ ਗਏ ਉਹ ਕਿਆ ਹਾਲ ਕੱਲ ਦਿਆ ਜ਼ਖਮਾਂ ਦਾ ਮੈਨੂੰ ਇੰਝ ਮਹਿਸੂਸ ਹੋਏ ਜੇ ਮੇਰੀ ਮਖਤੂਮਾ ਮੈਨੂੰ ਜਵਾਬ ਦਿੱਤਾ ਹੈ ਮੇਰੇ ਪਿਓ ਦਾ ਪੁਰਸਾ ਦਾਰ ਆਏ ਉਹ ਰਹੀ ਕਾਇਮ ਬਖਤ ਇਕਬਾਲ ਸ਼ਾਲਾ ਬਚੜਿਆ ਨਾਲ ਆਬਾਦ ਰਵੇ ਪੁੱਛੇ ਯਾਰ ਗਰੀਬ ਦਾ